ਸਾਜੀ ਨਿਵਾਜੀ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ ਜਿਨ੍ਹਾਂ ਨੇ ਸਾਨੂੰ ਕੀਰਤਨ ਦੀ ਦਾਤ ਬਖਸ਼ੀ ਉਪਰੰਤ ਆਪ ਜੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਸੇਵਾ ਕਰਨ ਦਾ ਮੌਕਾ ਦਾਸਾਂ ਨੂੰ ਬਖਸ਼ਿਆ ਆਓ ਸਭ ਤੋਂ ਪਹਿਲਾਂ ਰਾਗ ਸ਼ੁੱਧ ਬਸੰਤ ਉਪਰੰਤ ਜਿਵੇਂ ਜਿਵੇਂ ਸੰਗਤ ਵੱਲੋਂ ਹੁਕਮ ਹੋਏ ਹਨ ਸ਼ਬਦ ਦੇ ਤਿਵੇਂ ਤਿਵੇਂ ਆਪ ਜੀ ਦੀ ਕੀਰਤਨ ਰਾਹੀਂ ਸੇਵਾ ਕਰਾਂਗੇ ਆਓ ਸਾਰੇ ਇਕਾਗਰਤਾ ਦੇ ਨਾਲ ਰਾਗ ਸਰਵਣ ਕਰਨ ਦੀ ਸਤਿਗੁਰ ਜੀ ਨੂੰ ਅਰਦਾਸ ਬੇਨਤੀ ਕਰੀਏ ਸਤਿਗੁਰ ਜੀ ਬਲ ਬਖਸ਼ੋ ਔਰ ਗਿਆਨ ਬਖਸ਼ੋ ਤਾਂ ਕਿ ਅਸੀਂ ਜੋ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਸੰਪੂਰਨ ਬਾਣੀ ਰਾਗਾਂ ਵਿੱਚ ਦਰਜ ਕੀਤੀ ਹੈ ਅਸੀਂ ਉਹਦੇ ਅਕੋਰਡਿੰਗ ਆਪ ਜੀ ਦਾ ਹਰ ਜਸ ਗਾ ਸਕੀਏ ਆਓ ਰਾਗ ਸ਼ੁੱਧ ਬਸੰਤ ਆਕਾਸ਼ ਮੌਲੀ ਧਰਤੀ ਮੌਲਿਆ
Come on.
Oh, yeah.
ਕਰਸ ਚਟ ਹੋਵਾ ਆਪਣੀ ਜਪਾਨ ਵਿੱਚ ਦੇਵ ਖੜੋਆ ਰੋਗ ਸੋ ਸਮਟ ਗਏ ਨਿਤਨਵਾ ਨਿਰੋਵਾ ਦਿਨ ਰੈਨ ਨਾਮ ਧਿਆਇਦਾ ਫਿਰ ਪਏ ਨਾਮ ਜਿਸ ਤੇ ਉਪਜ ਨਾਨਕਾ ਸੋਈ ਫਿਰ ਕਬ ਗੱਲ ਲਾਵੇਂਗੇ ਆਓ ਸਾਰੇ ਨਾਲ ਨਾਲ ਪੜ੍ਹਨਾ ਕਰੋ ਹਾਂ
आप लिए लड़ला
Yeah.
Bisri Raj
ਸਮਝਸ ਸ਼ਬਦ ਵਿਚਾਰੇ, ਸਮਝਸ ਸ਼ਬਦ ਵਿਚਾਰੇ, ਮੋਹਨ ਮੋਹਨਿਆ ਮੇਰਾ, ਮੋਹਨ ਮੋਹਨਿਆ ਧਾਰਾ ਹਰ ਕੇ ਨਾ
मन मेरा। अरदास सुनो अरदास, दीनानाथ सुनो तीखन
ਹਾਇਤ ਤਿਖਲ इतनी इतनी
ਹਾਜ਼ਰੀ ਪ੍ਰਵਾਨ ਕਰਨਾ। ਕੀਰਤਨ ਕਰਦਿਆਂ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਵਿਚਰਦਿਆਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਅਣਜਾਣ ਬੱਚੇ ਸਮਝ ਕੇ ਖਿਮਾ ਕਰਨ। ਸੰਗਤ ਜੀ ਅਰਦਾਸ ਬੇਨਤੀ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਜ਼ੂਰ ਕਿ ਸਤਿਗੁਰੂ ਜੀ ਹੋਰ ਸਾਨੂੰ ਕੀਰਤਨ ਦੀ ਦਾਤ ਬਖਸ਼ਣ ਤਾਂ ਕਿ ਆਪ ਜੀ ਦੀ ਸੇਵਾ ਕੀਰਤਨ ਰਾਹੀਂ ਇਸੇ ਤਰ੍ਹਾਂ ਕਰਦੇ ਰਹੀਏ। ਸਮੂਹ ਆਪ ਜੀ ਸੰਗਤ ਪ੍ਰਬੰਧਕ ਕਮੇਟੀ ਅਤੇ ਸਮੂਹ ਆਪ ਜੀ ਪਿੰਡ ਨਿਵਾਸੀ ਸਾਡੇ ਵੀਰ ਸਹਿਬਾਨ, ਸਤਿਗੁਰੂ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ, ਇਹ ਆਪ ਰਾਗੀ ਸਿੰਘ ਹੁੰਦਿਆਂ ਸਾਨੂੰ ਇਸ ਲਾਇਕ ਸਮਝਦੇ ਨੇ ਕਿ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਕੀਰਤਨ ਰਾਹੀਂ। ਇਹ ਸਤਿਗੁਰੂ ਜੀ ਦੀ ਬਹੁਤ ਵੱਡੀ ਵਡਿਆਈ ਹੈ, ਉਹਨਾਂ ਦੇ ਕੀਰਤਨ ਦੀ ਵਡਿਆਈ ਹੈ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੀਰਤਨ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀਆਂ ਅਤੇ ਅਸੀਂ ਆਸ ਕਰਦੇ ਹਾਂ ਅੱਗੋਂ ਤੋਂ ਜਦ ਵੀ ਆਪ ਜੀ ਦਾਸਾਂ ਨੂੰ ਕੀਰਤਨ ਲਈ ਹੁਕਮ ਕਰੋਗੇ, ਬਾਕੀ ਰਜੇਵੇਂ ਛੱਡ ਕੇ ਅਸੀਂ ਆਪ ਜੀ ਦੀ ਕੀਰਤਨ ਰਾਹੀਂ ਸੇਵਾ ਕਰਨ ਜ਼ਰੂਰ ਆਵਾਂਗੇ। ਆਓ ਸਮੂਹ ਸੰਗਤ ਫਤਿਹ ਦਾ ਜਵਾਬ ਗੱਜ ਵੱਜ ਕੇ ਫਤਿਹ ਵਿੱਚ ਦੇਹੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।